ਵੀਰ ਜੀ ਹੋਰੀ ਕਿਵੇਂ ਮੇਲ ਹੋਇਆ ਇਹਨਾਂ ਦੇ ਨਾਲ, ਤੁਹਾਡੇ ਅੱਜ ਪ੍ਰਭ ਆਸਰਾ ਪਹੁੰਚੇ ਹੋਏ ਨੇ? ਹਾਂਜੀ ਬਿਲਕੁਲ, ਇਹ ਜਿੱਦਾਂ ਭਾਵਨਾਵਾਂ ਕਹਿ ਲਓ ਵੀ ਮਿਲ ਜਾਂਦੀਆਂ ਹੁੰਦੀਆਂ ਅਤੇ ਫਿਰ ਸਰੀਰਾਂ ਦਾ ਮਿਲਾਪ ਤਾਂ ਪਰਮਾਤਮਾ ਦੇ ਹੁਕਮ ਦੇ ਅੰਦਰ ਹੋ ਹੀ ਜਾਂਦਾ ਹੈ। ਅਤੇ ਇਹਨਾਂ ਦੀ ਸੋਚ ਸ਼ੁਰੂ ਤੋਂ ਹੀ ਸਰਦਾਰ ਕੁਲਵੀਰ ਸਿੰਘ ਜੀ, ਮਤਲਬ ਇਹਨਾਂ ਦਾ ਜਜ਼ਬਾ ਪਰਿਵਾਰ ਦਾ ਹੀ, ਅਤੇ ਵਿਸ਼ੇਸ਼ ਤੌਰ 'ਤੇ ਇੱਥੇ ਤਾਂ ਪਹਿਲਾਂ ਛੋਟੀ ਛੋਟੀ ਬਿਲਡਿੰਗ ਜੋ ਪਰਲੇ ਪਾਸੇ ਸ਼ੁਰੂ ਹੋਈ ਸੀ ਉਦੋਂ ਤੋਂ ਹੀ, ਜਿਵੇਂ ਬੰਦਾ ਆਪਣੇ ਨਾ ਪਰਿਵਾਰ ਲਈ ਸੋਚਦਾ ਇੱਦਾਂ ਹੀ ਇਹ ਸਮਾਜ ਲਈ ਅਤੇ ਪੰਜਾਬ ਲਈ ਸੋਚਦੇ ਹੈ। ਮਤਲਬ ਇਹਨਾਂ ਦੀਆਂ ਫੀਲਿੰਗਸ ਹੈਗੀਆਂ ਹੈ ਕਿ ਨਹੀਂ ਸਾਨੂੰ ਮਤਲਬ ਇਹਦੇ ਠੰਡੀਆਂ ਹਵਾਵਾਂ ਆਉਣੀਆਂ ਚਾਹੀਦੀਆਂ ਚਾਰ ਚੁਫੇਰੇ ਤੋਂ, ਵੀ ਗੁਰੂਆਂ ਦੇ ਸੁਪਨਿਆਂ ਦਾ ਪੰਜਾਬ ਮਿਲਣਾ ਚਾਹੀਦਾ ਹੈ, ਪੰਜਾਬ ਦਿਖਣਾ ਚਾਹੀਦਾ ਹੈ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅਤੇ ਪੰਜਾਬ ਸਾਨੂੰ ਦਿਖਣਾ ਚਾਹੀਦਾ ਹੈ। ਪ੍ਰਭ ਆਸਰੇ ਨਾਲ ਕਦੋਂ ਤੋਂ ਜੁੜਿਆ ਤੁਸੀਂ? ਮੈਂ ਜੀ ਪ੍ਰਭ ਆਸਰੇ ਨਾਲ 20 ਸਾਲ ਤਾਂ ਹੋ ਗਏ ਮੇਰਾ ਖਿਆਲ ਹੈ। ਮਤਲਬ ਸ਼ੁਰੂ ਤੋਂ ਹੀ ਹੈ ਲਗਭਗ, ਜਿਵੇਂ 19 ਸਾਲ ਆਪਾਂ ਨੂੰ ਸ਼ੁਰੂ ਹੋਇਆ ਹੋਇਆ ਤਾਂ ਲਗਭਗ ਉਦੋਂ ਦੇ ਹੀ ਜੁੜੇ ਹੋਏ ਹਾਂ। ਕਿਹੜੀ ਸ਼ਰਧਾ ਤੁਸੀਂ ਦੇਖਦੇ ਹੋ, ਕਿਹੜੀ ਜਿਹੜੇ ਤੁਸੀਂ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋ, ਤੁਸੀਂ ਹਮੇਸ਼ਾ ਟੀਵੀ ਚੈਨਲ ਤੋਂ ਦੇਖਦੇ ਹੋ ਇਹਨਾਂ ਦੇ, ਤੁਸੀਂ ਇੱਥੇ ਵਿਜ਼ਿਟ ਵੀ ਅੱਜ ਕੀਤਾ, ਕਿਹੜੇ ਕੰਮ ਜਿਹੜੇ ਤੁਹਾਨੂੰ ਲੱਗਦਾ ਕਿ ਪਰਮਾਤਮਾ ਦੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕੋਈ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਨੇ? ਜੇ ਅਸੀਂ ਇੱਥੇ ਆਮ ਤਾਂ ਆਉਂਦੇ ਰਹਿੰਦੇ ਹਾਂ ਜਦੋਂ ਬਾਹਰੋਂ ਆਈਦਾ ਨਾ, ਅਤੇ ਤਕਰੀਬਨ ਜਦੋਂ ਵੀ ਆਈਦਾ ਅਤੇ ਆਉਂਦੀ ਹੈ ਵੀ ਜੀ ਨੂੰ ਮਿਲਦੀ ਹੈ ਇੱਥੇ ਆ ਕੇ, ਅਤੇ ਜਿਹੜੀ ਇਹ ਮਨੁੱਖਤਾ ਦੀ ਸੇਵਾ, ਇਹ ਸਭ ਤੋਂ ਉੱਤਮ ਸੇਵਾ ਮਤਲਬ ਹੈਗੀ ਹੈ। ਜਿੱਦਾਂ ਲੋਕ ਬਾਹਰ ਸੜਕਾਂ 'ਤੇ ਰੋਲੇ ਫਿਰਦੇ ਆ, ਬੱਚੇ ਜਾਂ ਜਿਹੜੇ ਬਜ਼ੁਰਗ ਹੈਗੇ ਆ ਵੀ ਇਹਨਾਂ ਨੂੰ ਇਹ ਸਾਂਭਦੇ ਹੈ, ਅਤੇ ਇਹ ਬਹੁਤ ਵੱਡੀ ਸੇਵਾ ਹੈਗੀ ਹੈ। ਇਸ ਕਰਕੇ ਅਸੀਂ ਸਾਨੂੰ ਇਹ ਵਧੀਆ ਲੱਗਿਆ ਵੀ ਜਿਹੜੀ ਇਹ ਹੈਗੀ ਆ ਜੋ ਵੀ ਕਮਾਈ ਆ ਆਪਣੀ ਇੱਥੇ ਦੇਣੀ ਚਾਹੀਦੀ ਹੈ। ਵੀ ਦਸਵੰਧ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਜਦੋਂ ਅਸੀਂ ਕੱਢਦੇ ਹਾਂ ਤਾਂ ਵੀ ਇੱਥੋਂ ਦਾ ਜਿਹੜਾ ਹੈਗਾ ਕਿ ਉਹ ਜਿਹੜੇ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਹੈ ਉਹਨਾਂ ਨੂੰ ਜਾਂਦਾ, ਮਤਲਬ ਵਧੀਆ ਲੱਗਦਾ ਤੁਹਾਨੂੰ ਇੱਥੇ ਆ ਕੇ? ਹਾਂਜੀ ਹਾਂਜੀ ਹਾਂਜੀ, ਜਦੋਂ ਵੀਰ ਜੀ ਹੋਣਾਂ ਕੋਲ ਉੱਧਰ ਮਤਲਬ ਸੈਟਲ ਰਹਿੰਦੇ ਹੈ, ਜਦੋਂ ਜਾਈਦਾ ਹੈ ਦੇਖੋ ਇੰਨੇ ਕੰਮ ਕਾਰ ਹੁੰਦੇ ਆ ਸਾਨੂੰ, ਆਪਾਂ ਦੇਖਦੇ ਹੀ ਹਾਂ ਸਾਰੇ ਘਰਾਂ ਦੇ ਵਿੱਚੋਂ ਟਾਈਮ ਕੱਢਣਾ ਬੜਾ ਮੁਸ਼ਕਲ ਹੈ। ਪਰ ਇਹਨਾਂ ਦੀ ਭਾਵਨਾ ਕਿ ਨਹੀਂ, ਜਿਹੜੀ ਪੰਜਾਬ ਦੇ ਵਿੱਚ ਜਿਹੜੇ ਲੋੜਵੰਦ ਲੋਕ ਹੈ, ਰੁਲ ਰਹੇ ਲੋਕ ਹੈ, ਵੀ ਉਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ। ਅਤੇ ਮੈਨੂੰ ਲੱਗਦਾ ਵੀ ਉੱਥੇ ਪਹਿਲੀ ਵਾਰ ਤਾਂ ਜਦੋਂ ਮੇਰੀ ਤੁਹਾਡੇ ਵੱਲ ਗੱਲ ਹੋਈ ਹੈ ਇਹ ਕਹਿੰਦੇ ਵੀ ਜ਼ਰੂਰ ਆਉਣਾ ਹੈ, ਅਤੇ ਭਾਵੇਂ ਦੋ ਦਿਨ ਦੇ ਲਈ ਹੀ ਆਇਆ ਜਾਵੇ, ਅਤੇ ਉੱਥੇ ਫਿਰ ਕਹਿ ਲਓ ਇੱਕਦਮ ਕੰਮ ਛੱਡ ਕੇ ਭਾਵੇਂ 200 ਮੀਲ ਜਾਣਾ ਪੈਂਦਾ, ਭਾਵੇਂ 400 ਮੀਲ ਜਾਣਾ ਪੈਂਦਾ, ਅਤੇ ਕਦੇ ਮਤਲਬ ਕਹਿ ਲਓ ਵੀ ਆਪਣਿਆਂ ਲਈ ਨਹੀਂ ਇੰਨਾ ਬੰਦਾ ਟਾਈਮ ਕੱਢਦਾ ਜਿੰਨਾ ਇਸ ਸਮਾਜ ਦੇ ਵਿੱਚ ਪੰਜਾਬ ਦੇ ਲੋੜਵੰਦ, ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਨੀਡੀਆਂ ਉਹਨਾਂ ਲਈ ਕੱਢਦੇ ਆ। ਮੈਂ ਤਾਂ ਅਰਦਾਸ ਕਰਦਾ ਭਾਈ ਸਾਹਿਬ, ਭਾਈ ਕੁਲਵੀਰ ਸਿੰਘ ਜੀ, ਇਹਨਾਂ ਦੇ ਬਰਾਦਰ ਸਰਦਾਰ ਜਸਵੀਰ ਸਿੰਘ ਜੀ, ਵੀ ਇਹਨਾਂ ਦੇ ਜਜ਼ਬੇ ਅਤੇ ਪਰਿਵਾਰ ਦੇ, ਅਤੇ ਵੀ ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਜਿਹਨਾਂ ਦੇ ਅੰਦਰ ਇੰਨਾ ਸਮਾਜ ਦਾ ਦਰਦ ਹੈ, ਇੰਨਾ ਨੇੜੇ ਹੋ ਕੇ ਉੱਧਰ ਵੀ ਜਦੋਂ ਗੱਲ ਕਰਨੀ ਜਦੋਂ ਜਾਣਾ, ਇੰਨਾ ਸਮਾਂ ਕੱਢਣਾ, ਅਤੇ ਸਲੂਟ ਇਹਨਾਂ ਦੀਆਂ ਭਾਵਨਾਵਾਂ ਨੂੰ। ਤੁਸੀਂ ਹੋਰ ਲੋਕਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ? ਤੁਸੀਂ ਬਾਹਰ ਬੈਠੇ ਜਿਹੜੇ ਵੀਰ ਹੈਗੇ ਨੇ, ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਕਿੱਥੇ ਵੀ ਬੈਠੇ ਹੋਏ ਵੀਰ ਹੈਗੇ ਨੇ, ਕੀ ਕਹਿਣਾ ਚਾਹੁੰਦੇ ਹੋ ਪ੍ਰਭ ਆਸਰਾ ਬਾਰੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਹੈਗਾ ਕਿਸੇ ਨੇ ਦਸਵੰਧ ਕੱਢਣਾ ਹੈ ਵੀ ਉਹ ਇਹ ਤੋਂ ਵਧੀਆ ਜਗ੍ਹਾ ਹੋਰ ਕਿਤੇ ਵਧੀਆ ਜਗ੍ਹਾ ਨਹੀਂ ਹੋ ਸਕਦੀ ਹੈਗੀ, ਵੀ ਆਪਣਾ ਦਸਵੰਧ ਜਿਹੜਾ ਹੈਗਾ ਉਹ ਸਹੀ ਜਗ੍ਹਾ ਲੱਗਦਾ ਹੈਗਾ, ਅਤੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਦਸਵੰਧ ਹੈਗਾ।